ਖਾਣ ਵਾਲੀ ਚੀਜ਼ ਕਿਹੜੀ ਹੈ ਤੁਸੀਂ ਕੀ ਖਾਣਾ ਪਸੰਦ ਕਰਦੇ ਹੋ ਮੇਰਾ ਕੋਈ ਮੈਂ ਖਾਣ ਪੀਣ ਦਾ ਜਾਂ ਕੋਈ ਕੱਪੜੇ ਲੀੜੇ ਦਾ ਮੈਨੂੰ ਸ਼ੌਂਕ ਨਹੀਂ ਹੈਗਾ ਜੀ ਅੱਛਾ ਹਾਂ ਇਹ ਬਸ ਮੈਂ ਜੋ ਮਿਲ ਗਿਆ ਜੀ ਬਸ ਭੁੱਖੇ ਨੂੰ ਸਾਰਾ ਪਾ ਰਹੀ ਹੈ ਜੀ ਸਭ ਤੋਂ ਚੀਜ਼ ਰੋਟੀ ਪਸੰਦ ਹੋਊਗੀ ਸਬਜ਼ੀ ਕਿਹੜੀ ਪਸੰਦ ਹੈ ਜੀ ਮੈਂ ਵੈਜੀਟੇਰੀਅਨ ਹਾਂ ਸਬਜ਼ੀ ਕੋਈ ਮਨ ਪਸੰਦ ਸਬਜ਼ੀ ਹੋਊਗੀ ਮੈਡਮ ਕੁਝ ਵੀ ਮਿਲ ਜਾਏ ਸਾਰਾ ਕੁਝ ਖਾ ਲਈ ਜੀ ਹਾਂਜੀ ਹਾਂਜੀ ਕਦੇ ਮੈਡਮ ਧਿਆਨ ਨਹੀਂ ਦਿੱਤਾ ਜੀ ਇਹਨਾਂ ਵੀ ਜਾਂ ਕੀ ਕੱਪੜਾ ਪਾਉਣਾ ਜਾਂ ਕੁਝ ਹੋਰ ਮੈਨੂੰ ਸ਼ੌਂਕ ਹੀ ਨਹੀਂ ਹੈਗਾ ਜੀ ਕਾਫੀ ਸਾਦੀ ਜ਼ਿੰਦਗੀ ਤੁਸੀਂ ਜੀਂਦੇ ਮੈਡਮ ਵਧੀਆ ਲੱਗ ਰਿਹਾ ਮੈਨੂੰ ਹਾਂਜੀ ਹਾਂ ਕਿਉਂ ਬ੍ਰਾਂਡਾ ਬੁੰਡਾ ਤੋਂ ਤਾਂ ਪਹੁੰਚ ਹੀ ਦੂਰ ਹੀ ਹੈ ਜੀ ਬਸ ਜਿਹੜਾ ਜੋ ਕਿਸੇ ਹੁਣ ਆ ਕੱਪੜੇ ਵੀ ਮੈਨੂੰ ਪਾਏ ਜੀ ਕਿਸੇ ਨੇ ਗਿਫਟ ਕੀਤੀ ਹੋਈ ਹੈ ਪੈਂਟ ਕਿਸੇ ਨੇ ਸ਼ਰਟ ਬਸ ਇੱਦਾਂ ਹੀ ਇਕੱਠੇ ਕਰਕੇ ਪਾ ਲਈਦੇ ਹੈ ਹਾਂ ਯਾਰ ਬਸ ਇੱਦਾਂ ਹੀ ਪੱਗਾਂ ਪੱਗਾਂ ਮੰਮਾ ਲਿਆ ਜਾਂਦੇ ਨੇ ਮੈਨੂੰ ਤਾਂ ਇੱਦਾਂ ਹੁੰਦਾ ਨਹੀਂ ਵੀ ਜਾਂ ਮੈਂ ਆਹ ਰੰਗ ਨਾਲ ਆਹ ਚੀਜ਼ ਪਾਉਣੀ ਉਹਦੇ ਨਾਲ ਉਹ ਚੀਜ਼ ਪਾਉਣੀ ਧਿਆਨ ਹੀ ਨਹੀਂ ਹੁੰਦਾ ਜੀ ਇਹਨਾਂ ਬਸ That's very very nice. जी. So काफी कुछ आ रहा है कोई तुसी collaboration भी कर रहे हैं और future दे विच हाँ जी collaborations में main stream दे विच कर रहे हैं गा दो तीन जो surprise ही है सारे लिए ते वड़ा धमाका करेंगे इच्छे थी ठीक है जी उम्मीद कर दें कि थोड़ा 2020 बहुत ही ज्यादा वधिया लगे शुक्रिया जी शुक्रिया ते इतना ही तरक्कियां करते रहो बहुत ही ज्यादा वधिया जा रहे हैं तुसी थैंक यू थैंक यू सो मच तुसी साडे नाल अज बहुत शुक्रिया जी बहुत थैंक यू सारे दा ऑडियंस दा ते जेडे इंटरव्यू देख रहे ने सारे नूं लव यू परमात्मा की दुआ कर दें जी सारे तंदुरुस्त खुश रहो जी सत श्री अकाल सारे जी थैंक यू सो मच सिद्धू जी दैट वाज सिद्धू मूसेवाला लाइव विद अस फ्रॉम ब्रिटेशिया टीवी कीप वाचिंग ब्रिटेशिया टीवी आई एम योर